ਭਾਈ ਜੀ ਤਾਂ ਐਨ ਫੋਕੀ ਆ ਜਮੀ ਪੂਰੀ ਡਾਂਗ ਜੀ ਵਾਲਾ ਪੂਰੀ ਕਰਮੀ ਆ। ਜਮਾਂ ਫੋਕੀ, ਠੰਡੀ ਸੀ ਲੈਨੀ ਆ ਕਰਮ ਵਾਲੀ ਬਹੁਤ ਜ਼ਿਆਦਾ। ਥੋੜਾ ਜਿਹਾ ਪਿਛਲੇ ਉਪਰਾ ਮਾਰ ਦੇ ਉਪਰਾਪਨ ਬਹੁਤ ਕੀਤਾ, ਅੱਗੇ ਪੱਠੇ ਨਹੀਂ ਚੱਕੇ ਹੈਗੇ ਗਾਂ ਨੇ। ਠੀਕ ਆ ਜੀ। ਹਾਂਜੀ ਤੇ ਚਵਾਈ ਤਾਂ ਨਾ ਐ ਲੱਗੀ ਹੋਵੇ ਜਿਵੇਂ ਗਿਰਲੈਂਡੋਆਂ ਨੂੰ ਚਵਾਈ ਨਹੀਂ ਲੱਗੀ ਹੁੰਦੀ, ਹਾਂਜੀ 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 ਗਿਰਲੈਂਡੋ ਵਾਲੀ ਚਵਾਈ ਐ ਲੱਗੀ ਆ ਨਾ। ਉਹੀ ਜੀ ਉਹੀ, ਹਾਂਜੀ ਹਾਂਜੀ। ਬਸ ਸਤਿ ਸ਼੍ਰੀ ਅਕਾਲ ਜੀ, ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ। ਲੈ ਸੱਜਣੋ, ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਵਿਦੇਸ਼ਾ ਤਹਿਸੀਲ ਤੇ ਜ਼ਿਲ੍ਹਾ ਮਰੇਲਕੋਟਲਾ। ਚਾਰ ਗਾਵਾਂ ਦਿਖਾਵਾਂਗੇ, ਦੋ ਦਿਖਾਵਾਂਗੇ ਗੱਬਣ ਤੇ ਦੋ ਤਾਜ਼ੀਆਂ ਸੂਈਆਂ। ਕੰਮ ਬਾਈ ਹੋਰਾਂ ਦਾ ਹੈਗਾ ਜ਼ਿਆਦਾਤਰ ਜਰਸੀ ਤੇ, ਇੱਕ ਦਿਖਾਵਾਂਗੇ ਸੱਜਣੋ ਐਰ ਸ਼ਹਿਰ ਚ ਪੈਂਦੀ ਆ ਵੱਛੀ, ਤੇ ਦੋ ਆ ਗਈਆਂ ਵਿੱਚ ਤਾਜ਼ੀਆਂ, ਦੋ ਗੱਬਣਾਂ ਤੇ ਇੱਕ ਜਿਹੜੀ ਸੂਈ ਹੋਈ ਆ ਨਾ ਨਾਲ ਵੱਛੀ ਆ ਜਿਹੜੀ ਗਰੀ, ਆ ਵੱਛੀ ਤੇ ਮਾਰ ਕੈਮਰਾ ਨਾੜੂਆ ਵੀ ਨਾਲ ਹੈ, ਪਿਓਰ ਜਰਸੀ ਦੇ ਵਿੱਚ ਐਨ ਕਹਿ ਸਕਦੇ ਯਾਰ ਆਪਾਂ, ਕਮਾਲ ਦੀ ਵੱਛੀ ਆ ਗਈ। ਤੇ ਆਪ ਵੀ ਇਹਦੀ ਮਾਂ ਜਿਹੜੀ ਉਹ ਵੀ ਯਾਰ ਕਮਾਲ ਦੀ ਆ, ਦੰਦਾਂ 'ਚ ਹੀ ਆ, ਚੰਗਾ ਬੋਲਾ ਹਾਜ਼ਰ ਹੈ, ਤੇ ਬਾਕੀ ਬੱਚਾ ਮੂਹਰੇ ਬੰਨਣ ਕਰਕੇ ਪਾਸਮ ਜ਼ਰੂਰ ਗਈ ਥੋੜ੍ਹੀ ਜੀ। ਤੇ ਬਾਕੀ ਜਿਹੜਾ ਸਮਾਂ ਸਮਾਂ ਸੱਜਣੋ ਚਵਾਈ ਦਾ ਹੀ ਹੈ, ਤਕਰੀਬਨ 5:15 ਦਾ ਸਮਾਂ ਚਵਾਈ ਦਾ ਟਾਈਮ ਹੀ ਬਣਦਾ। ਡੰਗਤੀ ਆ, ਕੋਈ ਬਾਜ਼ਾਰ ਨਹੀਂ ਹੈਗਾ ਇੱਕ ਮਿੰਟ ਦਾ ਵੀ, ਉਹ ਹਿਸਾਬ ਨਾਲ ਇਹਦੀ ਜੱਜਮੈਂਟ ਕਰ ਲਿਓ। ਬਾਕੀ ਜਾਤ ਨਸਲ ਬਹੁਤ ਚੰਗੀ ਆ, ਫੇਸ ਵਾਲੇ ਪੱਖ ਤੇ ਮਾਰੀ ਕਰੀ ਇੱਧਰ, ਤੇ ਬਾਕੀ ਬਾਈ ਨਾਲ ਕਰਾ ਦੇਣਾ ਗੱਲਬਾਤ, ਕੱਲੀ ਕੱਲੀ ਖੋਲ ਕੇ ਤੋਰ ਕੇ ਦਿਖਾ ਦਾਂਗੇ, ਤੇ ਜਿਹੜਾ ਰੇਟ ਆ ਰੇਟ ਸਾਰੀਆਂ ਦਾ ਵੀਡੀਓ 'ਚ ਹੀ ਕਰਾ ਦਾਂਗੇ। ਆ ਜੀ, ਹੋਰ ਬਾਈ ਕੀ ਹਾਲ ਹੈ? ਵਧੀਆ ਜੀ, ਠੀਕ ਠਾਕ। ਹਾਂ ਵਧੀਆ, ਕਿਰਪਾ ਜੀ ਕਿਵੇਂ ਮਾਰ ਰਹੇ ਕੇ। ਪਹਿਲਾਂ ਨਹੀਂ ਲਾਟ ਗਏ ਆਪਾਂ ਭਾਈ? ਹਾਂ ਵਿਗੇ ਜੀ, ਸਾਰੇ ਵਿਗੇ ਸੀਗੇ ਜੀ, ਠੀਕ ਆ। ਦੋ ਦਿਨ 'ਚ ਵਿਗੇ ਸੀਗੇ ਜੀ, ਠੀਕ ਆ ਗੱਲ। ਹਾਂ ਉਦੋਂ ਬਾਅਦ 'ਚ ਵੀ ਆ ਗਏ 7-8 ਡੰਗਰ ਵਿਗੇ ਸੀਗੇ, ਠੀਕ ਆ ਗੱਲ। ਹਾਂ ਵੀ ਫੋਨ ਫਾਨ ਵੱਜੀ ਜਾਂਦੇ ਹਾਂ, ਹਾਂ ਵੱਜੀ ਜਾਂਦੇ ਜੀ, ਕਿਰਪਾ ਮਾਲਕ ਦੀ ਚੱਲੀ ਠੀਕ ਆ ਜੀ। ਗੱਲ ਹਾਂ ਜੀ, ਇੱਥੋਂ ਕਰ ਲਈਏ ਸ਼ੁਰੂ ਇੱਕ ਨੰਬਰ? ਹਾਂ ਇੱਥੋਂ ਕਰ ਦਿਓ। ਹਾਂ ਜੀ, ਆ ਧੋਰ ਚੋਬਰਾ ਖੋਲ ਕੇ ਸੂਆ ਕਿਹੜਾ ਬਾਈ ਦਾ? ਇਹ ਪਹਿਲੇ ਹੀ ਸੂਆ ਜੀ ਇਹ ਪਹਿਲਣ। ਹਾਂਜੀ ਹਾਂਜੀ, ਆ ਸੂਆ ਗੀ ਪਹਿਲਾ ਤੇ ਨਸਲ ਬਹੁਤ ਚੰਗੀ ਆ। ਹਾਂਜੀ ਹਾਂਜੀ, ਫੁੱਲ ਪੂਰੀ ਫੁੱਲ ਬਰੀਡ ਆ ਜੀ। ਆ ਫੁੱਲ ਬਰੀਡ ਦੇ ਵਿੱਚ ਆ ਗਈ ਪਹਿਲਾ ਸੂਆ, ਬਲੈਕ ਕਲਰ ਦੇ ਵਿੱਚ ਜਰਸੀ ਆ ਗਈ, ਲੇਵਾ ਆ ਗਿਆ ਜਮਾ ਠੋਕਮਾ। ਹਾਂ ਪੂਰਾ ਫਸਿਆ ਖੜਾ ਜੀ, ਪੂਰਾ ਫਿਕਸ ਆਰਡਰ ਕਹਿ ਸਕਦੇ ਆਪਾਂ ਇਹਨੂੰ, ਬਿਲਕੁਲ ਫਿਕਸ ਆ ਗਿਆ। ਥਣ ਦਾ ਸਾਈਜ਼ ਬਹੁਤ ਸੋਹਣਾ ਰੱਖਦੀ ਆ, ਤੇ ਚਵਾਈ ਦੀ ਕਿੰਨੇ ਬਾਈ? ਪੂਰੀ ਫੁੱਲ ਐ, ਮੋਟੀ ਚਵਾਈ ਜੀ ਪੂਰੀ। ਆ ਚਵਾਈ ਦੀ ਆ ਗਈ ਬਾਈ, ਕਹਿੰਦਾ ਫੁੱਲ ਮੋਟੀ, ਤੇ ਇੱਥੋਂ ਗਹਿਰੀ ਫੇਸ ਵਾਲੇ ਪੱਖ ਤੇ ਵੀ ਮਾਰਦੀ ਆ ਗਈ ਜੈੱਡ ਬਲੈਕ, ਗਹਿਰੇ ਕਾਲੇ ਰੰਗ ਦੇ ਵਿੱਚ ਆ ਗਈ, ਥੋੜੇ ਬਹੁਤੇ ਸਪੋਰਟ ਆ ਗਏ ਇਹਦੇ ਵਾਈਟ, ਪਰ ਉਦਾਂ ਸ਼ਕੀਨ ਬਹੁਤ ਆ ਬੱਚੀ, ਸ਼ਕੀਨ ਬਹੁਤ ਆ ਜੀ। ਸ਼ਕੀਨੀ ਵਾਲੇ ਪੱਖ ਤੋਂ ਜੇ ਗੱਲ ਕਰ ਲਈਏ, ਬਾਕੀ ਇਹਦੀ ਆਰਡਰ ਦੀ ਆਹ ਸ਼ੇਪ ਆ, ਇਹ ਸ਼ੇਪ ਦਾ ਆਰਡਰ ਬਾਈ ਕਾਮਯਾਬ ਰਹਿੰਦਾ ਕੰਮ, ਪੂਰਾ ਫੁੱਲ ਜੀ ਫੁੱਲ, ਜਿਵੇਂ ਬਾਹਰ ਵਾਲੀਆਂ ਗਾਵਾਂ ਦਾ ਨਹੀਂ ਹੁੰਦਾ ਐਂ ਠੋਕਿਆ ਖੜਾ। ਬੋਲਾ ਜਿੰਨਾ ਬਾਈ ਦੱਸੂਗਾ ਡੰਗ ਤੋਂ ਡੰਗ ਤਸੱਲੀ ਕਰਾ ਦਾਂਗੇ ਬਾਈ, ਪੂਰੀ ਜੀ ਪੂਰੀ ਐਂ ਫੁੱਲ ਜੀ। ਤੇ ਨਾਲ ਇਹਦੇ ਉਹ ਜਰਸੀ ਬੱਛੀ ਆਈ, ਇਹਦੀ ਬੱਛੀ ਨਾੜੂਆ ਨਾਲ ਆ ਜੀ, ਨਾੜੂਆ ਵੀ ਦਿਖਾ ਦੇ। ਹਾਂ ਨਾੜੂਆ ਬਿਲਕੁਲ ਨਾਲ ਆ ਜੀ। ਕਿੰਨਵਾਂ ਕ ਦਿਨਾਂ ਦੀ ਸੂਈ? ਅੱਜ ਇਹਨੂੰ 5ਵਾਂ ਕ ਦਿਨਾਂ ਜੀ ਸੂਈ ਨੂੰ, ਇੱਥੋਂ ਫੇਸ ਕਵਾਲਜੀ ਦੇ ਮਾਰਦੇ ਹਾਂ। 5 ਦਿਨਾਂ ਦੀ ਸੂਈ ਕੋਲੇ ਬੋਲਾ ਕਿੰਨਾ ਆ ਜੀ? 13 ਕਿਲੋ ਬੋਲਾ ਤਿਆਰ ਹੈ ਜੀ, ਚਾਹੀ 2 ਡੰਗ ਚੋਲੇ, 3 ਡੰਗ ਚੋਲੇ, ਠੀਕ ਹੈ ਜੀ। ਹਾਂ ਇੱਕ ਰਾਤ ਕਾੜਾ ਦੇਣ ਕਰਕੇ ਪਰਲੇ ਪਾਸੇ ਨਾ ਭਾਲਾ ਮੜੀ ਆ, ਦੇਖੋ ਠੀਕ ਹੈ ਜੀ। ਹਾਂ ਮੜੀ ਜੀ ਆ ਦੇਖੋ, ਅਗਲੇ ਨਾ ਅਗਲਾ ਪਹਿਲਾਂ ਪਹਿਲਾਂ ਬਰਾਬਰ ਥਾਣ ਆਉਂਦਾ ਜੀ ਪੂਰਾ। ਠੀਕ ਹੈ ਗੱਲ। ਧਾਰਾਂ ਵੀ ਮਾਰਦੀ ਨਹੀਂ ਜ਼ਿਆਦਾ ਜੀ, ਬਹੁਤ ਜ਼ਿਆਦਾ ਪੂਰੀ ਧਾਰਾਂ ਵੀ ਮਾਰਦੀ ਨਹੀਂ। ਹਾਂ ਮਰਵਾਉਣੀ ਆ ਮਰਵਾ ਦਿੰਦੇ ਆ ਧਾਰਾਂ, ਕੋਈ ਚੱਕਰ ਨਹੀਂ, ਮਰਵਾ ਦੂ ਬਿਨਾਂ ਬੱਚੇ। ਹਾਂ ਧਾਰਾਂ ਵੀ ਤੁਹਾਨੂੰ ਮਾਰ ਕੇ ਦਿਖਾ ਦੇਣਾ, ਚਵਾਈ ਦੀ ਨਾ ਫੋਕੀ ਆ ਜਮੀ ਡਾਂਗ ਵਾਲਾ ਕਰਮੀ, ਪੂਰੀ ਜਮਾ ਫੋਕੀ, ਠੰਡੀ ਸੀ ਲੈਨੀ ਆ ਕਰਮ ਵਾਲੀ ਬਹੁਤ ਜ਼ਿਆਦਾ। ਥੋੜਾ ਜਿਹਾ ਉਪਰਾ ਉਪਰਾਪਨ ਬਹੁਤ ਕੀਤਾ, ਅੱਗੇ ਪੱਠੇ ਨਹੀਂ ਚੱਕੇ ਹੈਗੇ ਗਾਂ ਨੇ। ਠੀਕ ਆ ਜੀ। ਹਾਂਜੀ ਤੇ ਚਵਾਈ ਤਾਂ ਨਾ ਐ ਲੱਗੀ ਹੋਵੇ ਜਿਵੇਂ ਗਿਰਲੈਂਡੋਆਂ ਨੂੰ ਚਵਾਈ ਨਹੀਂ ਲੱਗੀ ਹੁੰਦੀ, ਹਾਂਜੀ ਹਾਂਜੀ ਗਿਰਲੈਂਡੋ ਵਾਲੀ ਚਵਾਈ ਐ ਲੱਗੀ ਆ ਨਾ। ਉਹੀ ਜੀ ਉਹੀ, ਹਾਂਜੀ ਹਾਂਜੀ। ਬਸ ਛੱਡ ਦੇ ਬਾਈ, ਛੱਡ ਦੇ ਛੱਡ ਦੇ, ਜ਼ਿਆਦੇ ਪਰੇਸ਼ਾਨ ਨਾ ਕਰ, ਜ਼ਿਆਦੇ ਨਾ ਕਰ ਪਰੇਸ਼ਾਨ। ਚਵਾਈ ਲੱਗੀ ਆ ਗਿਰਲੈਂਡੋ ਵਾਲੀ, ਫੇਸ ਤੇ ਕਰੀ 11 ਕੈਮਰਾ ਹੋਰ ਮਾਰ ਦੇ, ਨਾਲੇ ਬੱਛੀ ਦੇ ਮਾਰ ਦੇ, ਨਾਲੇ ਉਹਦੀ ਮਾਂ ਦੇ ਮਾਰ ਦੇ, ਵੀ ਯਾਰ ਦੋਨੇ ਚੀਜ਼ਾਂ ਤੋਹਫੇ ਨੇ ਦੋ। ਹਾਂਜੀ ਹਾਂਜੀ, ਅੱਖਾਂ ਦੇਖੋ ਕਿਵੇਂ ਬਿੱਲੀਆਂ ਨੇ ਬੱਛੀ ਦੀਆਂ, ਪੂਰੀ। ਪੈਸੇ ਕਿੰਨੇ ਲਵਾਂਗੇ ਬਾਈ ਜੀ? ਇਹਦਾ ਫਿਕਸ ਜਿਹਾ ਹੀ ਰੇਟ ਕਰਨਾ ਜੀ, ਵੀ ਵਿਸਾਖੀ ਕਰਕੇ ਮਤਲਬ ਵੀ ਪੂਰਾ ਪੂਰਾ 59,000 ਰੁਪਇਆ ਰੇਟ ਆ, ਉਹ ਚੋਂ ਮਾਨਤਾਨ ਕਰ ਦਾਂਗੇ ਬੰਦੇ ਆਏ ਦਾ ਖੁੱਲਾ।
ਨੰਜਾ 24 ਹਾਂ ਨੰਜਾ 24 ਬੱਚੀ ਵੀ ਦੇਵਾਂਗੇ ਨਾਲ ਹਾਂ ਬੱਚੀ ਨਾਲ ਹੀ ਜੀ ਨਾਲ ਠੀਕ ਹੈ ਗੱਲ ਹਾਂਜੀ ਹਾਂਜੀ ਤੇ ਬਾਕੀ ਰੇਟ ਵਾਈਜ਼ ਦਾ ਬਿਲਕੁਲ ਜਾਇਜ਼ ਆ ਬਾਕੀ ਖਰੀਦਦਾਰ ਹੁੰਦਾ ਜਿਹੜਾ ਉਹਨੇ ਵੀ ਆਪਦਾ ਦੇਖਣਾ ਹੁੰਦਾ ਸਿਸਟਮ ਵੀ ਮੈਂ ਕਿੰਨੇ ਦੀ ਖਰੀਦਣੀ ਹਾਂਜੀ 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 ਬਾਕੀ ਕੁਆਲਿਟੀ ਜ਼ਰੂਰ ਦੇਖ ਲਿਆ ਕਰੋ ਕਿਸੇ ਵੀ ਚੀਜ਼ ਤੇ ਪੈਸੇ ਲਾਉਣ ਤੋਂ ਪਹਿਲਾਂ ਮੈਂ ਇਹ ਗੱਲ ਕੁਆਲਿਟੀ ਆਦੇ ਇੱਥੋਂ ਫੇਸ ਵਾਲੇ ਪੱਖ ਤੋਂ ਬਿਲਕੁਲ ਨਵੇਂ ਹਾਣ ਚ ਹੈ 13 ਕਿਲੋ ਬੋਲਾ ਹਾਜ਼ਰਾ ਨਾੜੂਆ ਨਾਲ ਆ ਤੇ ਨਾਲ ਪਿਓਰ ਜਰਸੀ ਦੀ ਬੱਚੀ ਆ ਤੇ ਆਪ ਵੀ ਜਰਸੀ ਦੇ ਵਿੱਚ ਆ ਹਾਂਜੀ 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 ਸਭ ਤੋਂ ਮੇਨ ਪੁਆਇੰਟ ਆ ਜਿਹੜੀ ਦੀ ਆਰਡਰ ਦੀ ਸ਼ੇਪ ਬਹੁਤ ਸ਼ਾਨਦਾਰ ਆ ਤੇ ਚਵਾਈ ਵਾਲੇ ਪੱਖ ਤੋਂ ਠੰਡੀ ਸੀਲ ਵੀ ਆ ਤੇ ਚਵਾਈ ਦੀ ਮੋਟੀ ਵੀ ਆ ਇੱਥੋਂ ਲੇਵਾ ਦਿਖਾ ਦਿੰਗੇ ਰੀ ਕਿਰਾ ਐਨ ਪਿਆ ਯਾਰ ਫਸਿਆ ਦੁੱਧ ਜਿੰਨਾ ਬਾਈ ਦੱਸੂਗਾ ਉਹ ਦੋ ਡੰਗ ਕਰਾ ਦਾਂਗੇ ਹਾਂਜੀ ਪੂਰੀ ਤਸੱਲੀ ਕਰਾ ਕੇ ਧੋਰਾਂਗੇ ਕੋਈ ਸਾਈ ਪਾ ਦੇ ਠੀਕ ਹੈ ਕੋਈ ਉਹ ਨਹੀਂ ਹੈਗਾ ਤੇ ਹੁਣ ਆ ਜਾ ਗਿਆ ਜੀ 2 ਨੰਬਰ ਵਾਲੀ ਤੇ ਤੇ ਮਾਰਦੇ ਕੈਮਰਾ ਇਹਦੇ ਨਾਲ ਬੱਚਾ ਕੀ ਆ ਗਿਆ ਭਾਈ ਇਹਦੇ ਨਾਲ ਬੱਚਾ ਹੈ ਜੀ ਇਹਦੇ ਨਾਲ ਆ ਗਿਆ ਬੱਚਾ ਤੇ ਚਮਕ ਚਮਕ ਇਹ ਬੱਚੀ ਜੀ ਵੀ ਚੰਗੀ ਆ ਗਈ ਹੈ ਨਾ ਹੋਰ ਬਾਈ ਖੋਲ ਕੇ ਕੱਦ ਆ ਗਿਆ ਇਹਦਾ ਦਰਮਿਆਨਾ ਜਿਵੇਂ ਜਰਸੀਆਂ ਦਾ ਹੁੰਦਾ ਪਰ ਆ ਗਈ ਭਾਈ ਵਜਨ ਵਾਲੀ ਪੂਰੀ ਹਾਂਜੀ ਪੇਟ ਵਾਲੀ ਜਰਸੀ ਆ ਹਾਂਜੀ ਹਾਂਜੀ ਇਦੋਂ ਅੱਗੇ ਵੀ ਦਿਖਾਉਂਗਾ ਦੋ ਵੱਡੇ ਕੱਦ ਵਾਲੇ ਤੋਹਫੇ ਦਿਖਾਉਂਗਾ ਇਹਦਾ ਸੂਆ ਕਿੰਨੇ ਕਿ ਦਿੰਦਾ ਨਾੜੂ ਹੈ ਇਹਦੇ ਵੀ ਨਾਲ ਇਹ ਵੀ 5 ਤੋਂ 6 ਦਿੰਦੀ ਜੀ ਇਹਦੇ ਕੋਲ ਕਿੰਨਾ ਕੁ ਬੋਲਾ ਭਾਈ ਹੁਣ ਇਹਦੇ ਕੋਲ ਇੰਨਾ ਹੀ 12 ਕਿਲੋ 12 ਹੈਗਾ ਹਾਂਜੀ ਹਾਂਜੀ ਡੰਗ ਤੋਂ ਡੰਗ ਹਾਂ ਆਰਾਮ ਨਾਲ ਜੀ ਆਰਾਮ ਨਾਲ ਚਵਾਈ ਦੀ ਕਿਵੇਂ ਚਵਾਈ ਦੀ ਫੋਕੀ ਜੀ ਪੂਰੀ ਫੁੱਲ ਠੀਕ ਹੈ ਗੱਲ ਹਾਂਜੀ ਹਾਂਜੀ ਤੇ ਆਰਡਰ ਸੋਹਣਾ ਰੱਖਦੀ ਹੈ ਨਾ ਤਾਂ ਪੂਰਾ ਵਧੀਆ ਜੀ 12 ਇਹ ਵੀ ਦਿਖਾਵਾਂਗੇ ਹਾਂ ਮਾਰ ਦਿੰਦੇ ਤਾਂ ਕਮਾਲ ਆ ਭਾਈ ਇੱਥੋਂ ਆਏ ਆ ਗਈ ਸੱਜਣੋ ਇਹ ਵੀ ਬਲੈਕ ਕਾਫੀ ਸ਼ੇਡ ਜੇ ਚ ਆ ਗਈ ਤੇ ਇੱਥੋਂ ਗਹਿਰੀ ਸਾਈਡ ਤੋਂ ਦਿਖਾ ਦੀ ਆਰਡਰ ਇਹ ਵੀ ਨਾਲ ਲੱਗਵਾ ਜਾ ਰੱਖਦੀ ਹੈ ਬਾਹਲਾ ਨਹੀਂ ਲੁਰਕਮਾ ਜਾ ਰੱਖਦੀ ਤੇ ਇੱਕ ਹਾਈਟ ਇਹਦੀ ਦਰਮਿਆਨੀ ਹੈ ਜਿਵੇਂ ਜਰਸੀਆਂ ਦੀ ਹੁੰਦੀ ਆ ਨਾ ਇੱਕ ਤਾਂ ਬਾਲੀਆਂ ਜਿਆਦਾ ਛੋਟੀਆਂ ਹੁੰਦੀਆਂ ਉਹਨੂੰ ਥੋੜੀ ਜੀ ਵੱਡੀ ਆ ਬਾਲੀਆਂ ਛੋਟੀਆਂ ਤੋਂ ਪਰ ਆਰਡਰ ਸੋਹਣਾ ਰੱਖਦੀ ਆ ਭਾਂਡਾ ਥੰਨੇ ਹਾਂਜੀ ਹਾਂਜੀ ਤੇ ਹੈਗੀ ਬਾਈ ਡੰਗ ਤੇ ਆਏ ਵੀ ਕੋਈ ਹਾਂ ਡੰਗ ਤੇ ਬਾਜ਼ਾਰ ਨਹੀਂ ਬਿਲਕੁਲ ਕੋਈ ਬਾਜ਼ਾਰ ਨਹੀਂ ਲੱਗਾ ਹੋਇਆ ਜਿਹਨਾਂ ਡੰਗ ਤੇ ਆ ਸਿਸਟਮ ਲੈ ਇਹਦੀਆਂ ਵੀ ਬੱਚਾ ਲਾ ਕੇ ਧਾਰਾ ਮਾਰਦੀ ਲੈ ਧਾਰਾਂ ਤੁਹਾਨੂੰ ਸੱਜਣੋ ਆ ਭਾਈਆਂ ਵੀ ਦਿਖਾ ਦੇਣਾ ਮਾਰ ਕੇ ਬਾਕੀ ਜਿਹੜੇ ਭਰਾ ਨੂੰ ਕੋਈ ਵੀ ਪਸ਼ੂ ਪਸੰਦ ਆਊਗਾ ਉਹ ਬੱਚਾ ਇਹ ਭਾਈ ਆਪਦਾ ਪਾਸ ਕਰਕੇ ਲੈ ਜਾਓ ਬਾਈ ਤੋਂ ਅਗਲੇ ਥਣਾ ਚ ਵੀ ਮਾਰ ਦਿਓ ਬਾਈ ਆ ਥੋੜਾ ਜਿਹਾ ਕਈ ਵਾਰੀ ਚਲੋ ਬੱਚਾ ਲਾ ਕੇ ਪਸ਼ੂ ਹੈ ਨਾ ਗੱਲ ਹੋਰ ਹੋ ਜਾਂਦੀ ਬੱਚਾ ਲਾ ਕੇ ਖੜ ਜਾਂਦਾ ਹੁੰਦਾ ਹਿਲ ਜੁਲ ਨਹੀਂ ਕਰਦਾ ਚਵਾਈ ਵੀ ਆ ਗਈ ਫੋਕੀ ਬਾਕੀ ਤੁਹਾਡੇ ਸਾਹਮਣੇ ਬਾਈ ਦਿਖਾਈ ਜਾਂਦਾ ਮਾਰ ਕੇ ਧਾਰਾਂ ਜਿਹੜੇ ਭਰਾ ਨੂੰ ਕੋਈ ਵੀ ਬੈੜ ਇਹਨਾਂ ਚ ਪਸੰਦ ਆਊਗੀ ਸੂਈਆਂ ਹੋਈਆਂ ਚੋਕੇ ਲੈ ਜਾਓ ਗੱਬਣਾ ਬਈ ਆਪਦਾ ਚੇਪਾ ਲਾ ਕੇ ਲੈ ਜਾਓ ਹਾਂਜੀ ਹਾਂਜੀ ਇਹਦਾ ਨਾੜੂਆ ਨਾਲ ਆ ਬੱਚੇ ਦਾ ਦੇਖ ਲਓ ਇਹ ਨਾੜੂਆ ਵੀ ਖਾ ਲਓ ਠੀਕ ਆ ਗੱਲ ਉਰਲੇ ਬੰਨੇ ਹੋ ਜਾ ਇੱਥੇ ਦਿਖਾ ਦੇ ਬੱਚਾ ਇਹਦੇ ਬਾਈ ਕਿੰਨੇ ਪੈਸੇ ਲਵਾਂਗੇ ਇਹਦਾ 47,000 ਰੁਪਇਆ ਜੀ ਪੀਕ ਲੈਵਲ ਤੇ ਦੁੱਧ ਇਹ ਵੀ ਕਰ ਦੂਗੀ 14-15 ਕਿਲੋ ਆਰਾਮ ਨਾਲ ਕਰੂ ਜੀ 14-15 ਅੱਛੀ ਵੀ ਕਰ ਦੂ 13 ਉਹ ਤਾਂ ਦੁੱਧ ਮੇਰੇ ਹਿਸਾਬ 16 ਲੀਟਰ ਦੁੱਧ ਤੋਂ ਘੱਟ ਦੁੱਧ ਨਹੀਂ ਕਰਦੀ ਜੀ ਜਿਹੜੇ ਹਿਸਾਬ ਨਾਲ ਬੋਲਾ ਚੱਲਿਆ ਗਾਂ ਦਾ ਉਹਦਾ ਠੀਕ ਹੈ ਗੱਲ ਹਾਂ ਇਹਦਾ ਬਾਈ ਕਹਿੰਦਾ 47 ਡਿਮਾਂਡ ਹੈ ਉਹਦੀ ਡਿਮਾਂਡ 49,000 ਆ ਰੇਟਾਂ 'ਚ ਬਾਹਲਾ ਫਰਕ ਨਹੀਂ ਪਰ ਮਾਨਤਾਨ ਬਾਈ ਕਹਿੰਦਾ ਫਿਰ ਵੀ ਹਾਂ ਕਰਾਂਗੇ ਜੀ ਜ਼ਰੂਰ ਕਰਾਂਗੇ ਜਿਹੜਾ ਭਰਾ ਆਊਗਾ ਤੇ ਹੁਣ ਮਾਰਦੇ ਘਰੀ ਆ ਜੇ ਤੇ ਕੈਮਰਾ ਇਹਦਾ ਕੱਦ ਕਾਰ ਚੰਗਾ ਬੱਚੀ ਦਾ ਸੁਭਾਅ ਵੀ ਠੰਡੀ ਲੱਗਦੀ ਹੈ ਉਹ ਬਹੁਤ ਜ਼ਿਆਦਾ ਜੀ ਇਹ ਸੁਭਾਅ ਵੀ ਠੰਡੀ ਹੈ ਘਰੀ ਵੇ ਥਣ ਦਾ ਸਾਈਜ਼ ਦਿਖਾ ਇਹਦਾ ਥਣ ਦਾ ਸਾਈਜ਼ ਵੀ ਬਹੁਤ ਸੋਹਣਾ ਰੱਖਦੀ ਹੈ ਨਾ ਗੱਬਣ ਆ ਗਈ ਇਹਦਾ ਹਾਂ ਗੱਬਣ ਆ ਜੀ ਹਾਂ ਧੋਰ ਬਾਈ ਖੋਲ ਕੇ ਇਹ ਆ ਗਈ ਜਰਸੀ ਤੇ ਐਰ ਸ਼ਹਿਰ ਦਾ ਕ੍ਰੋਸ ਬਰੀਡ ਹਾਂਜੀ 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 ਜਰਸੀ ਤੇ ਐਰ ਸ਼ਹਿਰ ਦਾ ਆ ਗਿਆ ਰੰਗ ਰੂਪ ਐਰ ਸ਼ਹਿਰ ਵਾਲਾ ਆ ਗਿਆ ਕੱਦ ਆ ਗਿਆ ਚੰਗਾ ਇਹਦਾ ਹਾਂ ਕੱਦ ਬਹੁਤ ਆ ਜੀ ਇਹਦਾ ਹਾਂ ਕੱਦ ਵੱਡਾ ਆ ਗਿਆ ਜਿਵੇਂ ਆਮ ਜਰਸੀਆਂ ਦਾ ਹੁੰਦਾ ਪੇਟ ਵਾਲੀ ਆ ਬੈੜੇ ਵੀ ਸੂਆ ਕਿਹੜਾ ਬਾਈ ਇਹਦਾ ਦੂਜਾ ਸੂਆ ਜੀ ਕਿੰਨੇ ਕਿ ਦਿਨ ਕੱਢਦੀ ਆ ਬਾਈ ਇਹ 7-8 ਦਿਨ ਲੈਂਦੀ ਆ ਜੀ ਇਹ ਹਫਤਾ ਬਾਕੀ ਹਾਂ ਹਫਤਾ ਜੀ ਹੋ ਸਕਦਾ 1-2 ਦਿਨ ਇਧਰ ਉਧਰ ਲੈ ਜੀ ਹਾਂ ਵੱਧ ਵੀ ਲੈ ਜੀ ਹਾਂਜੀ ਹਾਂਜੀ ਤੋੜ ਦੇ ਬਈ ਇਹਨੂੰ ਤੋੜ ਦੇ ਲੰਬੀ ਜੀ ਤੇ ਬਾਕੀ ਆ ਗਈ ਵਜੂਦ ਵਾਲੀ ਹਾਂ ਪੂਰੀ ਵਜੂਦ ਵਾਲੀ ਜੀ ਹਾਂਜੀ ਬੱਚਾ ਤੁਹਾਨੂੰ ਇਹ ਜਰਸੀ ਦਾ ਵੀ ਚੰਗਾ ਦੇਊਗੀ ਕਮਾਲਾ ਬਾਈ ਇੱਥੋਂ ਤੇ ਐਰ ਸ਼ਹਿਰ ਦਾ ਬੱਚਾ ਵੀ ਦੇ ਦੇਣੀ ਹਾਂ ਤੇ ਇੱਥੋਂ ਮਾਰ ਦਿੰਗੇ ਜੀ ਫੇਸ ਕੁਆਲਿਟੀ ਦੇ ਕੈਮਰਾ ਇੱਥੋਂ ਲੰਬਾਈ ਲੰਬੀ ਦਿਖਾ ਦੇ ਫੁੱਲ ਵਜਨ ਵਾਲੀ ਬੱਚੀ ਆ ਗਈ ਪੂਰੇ ਵਜਨ ਵਾਲੀ ਜੀ ਬਾਕੀ ਬੇਲ ਬੂਲ ਬਹੁਤ ਲੰਬੀ ਆ ਜੀ ਇਹਦਾ ਰਿਕਾਰਡ ਕੀ ਦੱਸਿਆ ਜੀ ਪੈਲਣ ਦਾ ਇਹਦਾ ਰਿਕਾਰਡ ਦੱਸਿਆ ਜੀ 14 ਤੋਂ 15 ਲੀਟਰ ਦਾ ਪਲੂਣ ਦਾ 14 ਮੰਨ ਲਈ ਆਪਾਂ ਹਾਂ ਕੋਈ ਏਡੀ ਗਾਂ 16-17 ਲੀਟਰ ਤੋਂ ਤੈਨੂੰ ਕੀ ਕਹਿੰਦਾ ਜੀ ਦੇਖੋ ਕੱਦ ਕੁੱਦ ਕਿੱਡਾ
ਆਰਡਰ ਰੱਖੂਗੀ ਬਾਈ ਨਾਲ ਲੱਗਵਾ ਵੀ ਹੈ ਨਾ ਫਿਕਸ ਸਾਨੂੰ ਤੁਹਾਨੂੰ ਬਹੁਤ ਸੋਹਣਾ ਲੱਗਿਆ ਹੋਇਆ ਨਾ ਰੱਖੂਗੀ ਫਿਕਸ ਬਿਲਕੁਲ ਤੇ ਬਾਕੀ ਬਿਊਟੀ ਵਾਲੇ ਪੱਖ ਤੋਂ ਵੀ ਆਪਾਂ ਕਹਿ ਸਕਦੇ ਹਾਂ ਯਾਰ ਬੱਚੀ ਬਹੁਤ ਸ਼ਾਨਦਾਰ ਬਹੁਤ ਹੀ ਦਾਣਾ ਨੂਣਾ ਬਹੁਤ ਥੱਲੇ ਦੇਖੋ ਕਿੰਨੇ ਲੱਗੇ ਹੋਏ ਨੇ ਇਹਦੇ ਬਿਊਟੀ ਵਾਲੇ ਪੱਖ ਤੋਂ ਸ਼ਾਨਦਾਰ ਆ ਗਈ ਤੇ ਉਰਲੇ ਬੰਨੇ ਨੂੰ ਜਦੋਂ ਆਊਗੀ ਨਾ ਕਹਿ ਰਹੀ ਲੰਬਾਈ ਦਿਖਾ ਦੇ ਲੰਬਾਈ ਲੰਬੂਈ ਦਿਖਾ ਦੇ ਇੱਧਰਲੇ ਪੱਖ ਤੋਂ ਸਾਰੀ ਬੱਚੀ ਦਿਖਾ ਦੇ ਲੰਬਾਈ ਲੰਬੂਈ ਵੀ ਦਿਖਾ ਦੀ ਇੱਧਰੋਂ ਠੰਡੀ ਆ ਗਈ ਜਮਾ ਹਲਦੀ ਹਲਦੀ ਵੀ ਨਹੀਂ ਆ ਹਾਂ ਜਮਾ ਹੀ ਬਹੁਤ ਠੰਡੀ ਹੈ ਇਹ ਜਿੱਥੇ ਖੜਦਾ ਫਿਰ ਲਾ ਪੋਤੀ ਖੜ ਜਾਣਾ ਇਹ ਜਿਹੜੀ ਲੜਾਈ ਹੈ ਉੱਤੇ ਚੱਕ ਲੂ ਠੰਡੀ ਆ ਗਈ ਜਮਾ ਬਾਕੀ ਬਿਊਟੀ ਵਾਲੇ ਪੱਖ ਤੋਂ ਵੀ ਆ ਗਈ ਇਧਰੋਂ ਫੇਸ ਕੁਆਲਿਟੀ ਦੇ ਮਾਰਦੀ ਗਰੀ ਕੈਮਰਾ ਇਧਰਲੇ ਬੰਨੇ ਹੋਏ ਆ ਇੱਥੋਂ ਮਾਰਦੀ ਫੇਸ ਕੁਆਲਿਟੀ ਦੇ ਕੈਮਰਾ ਬਿਊਟੀ ਚ ਆ ਗਈ ਇਹਦੇ ਪੈਸੇ ਕਿੰਨੇ ਲੈ ਲਾਂਗੇ ਬਾਈ ਇਹਦਾ 55,000 ਰੁਪਇਆ ਜੀ ਠੀਕ ਹੈ ਗੱਲ ਹਾਂਜੀ ਇਹਦਾ ਮੁੱਲ 55,000 ਇੱਕ ਗੱਲ ਤੁਹਾਨੂੰ ਹੋਰ ਦੱਸ ਦੇਣਾ ਮੇਰਾ ਖਿਆਲ ਆ ਇੱਕ ਗਾਂ ਆਪਾਂ ਵੇਚੀ ਆ ਕਾਫੀ ਵੱਡੇ ਰੇਟ ਤੇ ਹਨਾ ਹਾਂਜੀ ਹਾਂਜੀ ਬਾਕੀ ਤਕਰੀਬਨ ਰੇਟ ਬਾਈ ਦੇ ਜਾਨਵਰਾਂ ਦੇ ਬਿਲਕੁਲ ਨਾਰਮਲ ਹੁੰਦੇ ਨੇ ਹਰੇਕ ਬੰਦੇ ਦੀ ਪਹੁੰਚ ਵਾਲੇ ਹੁੰਦੇ ਹਾਂ ਪੂਰੇ ਪੂਰੇ ਰੱਖਦੇ ਹੁੰਦੇ ਆ ਜੀ ਦੇਖੋ ਹੁਣ ਜਿੰਨਾ ਕਰਦੇ ਆ ਉਹ ਚੋਂ ਬਾ ਮਾਨਤਾ ਨਹੀਂ ਮਤਲਬ ਕਰਨਾ ਹੁੰਦਾ ਜਿਹੜਾ ਵੀ ਕੋਈ ਭਰਾ ਆਉਂਦਾ ਵੀ ਜ਼ਿਆਦਾ ਫਰਕ ਨਹੀਂ ਹੁੰਦਾ ਵੀ ਹੁਣ 50,000 55,000 ਕਰ ਲਿਆ ਵੀ 40 ਦੀ 42 ਦੇ ਦਾਂਗੇ ਨਾ ਇੰਨਾ ਫਰਕ ਨਹੀਂ ਗਹਿਰੀ ਆਈ ਤੇ ਵੀ ਮਾਰ ਕੈਮਰਾ ਓਏ ਆ ਵੀ ਜਰਸੀ ਦੇ ਵਿੱਚ ਆ ਗਈ ਜ਼ਿਆਦਾ ਪੱਖ ਇਹਦਾ ਜਰਸੀ ਦੇ ਵਿੱਚ ਆ ਗਿਆ ਥੋੜੀ ਜਿਹੀ ਕ੍ਰੋਸ ਆ ਗਈ ਅੱਖ ਜਰਸੀ ਵਾਲੀ ਆ ਗਈ ਮੋਟੀ ਮੋਟੀ ਅੱਖ ਲੱਗੀ ਹੋਈ ਮੱਥੇ 'ਚ ਟੋਆ ਖਣ ਦਾ ਸਾਈਜ਼ ਬਹੁਤ ਸੋਹਣਾ ਕੱਦ ਆ ਗਿਆ HF ਜਿੱਡਾ HF ਜਿੱਡਾ ਹੀ ਕੱਦ ਆ ਚਮਕ ਚਮਕ ਬਹੁਤ ਆ ਗਈ ਤੇ ਇੱਥੋਂ ਦਾ ਆਰਡਰ ਦੀ ਸ਼ੇਪ ਦਿਖਾ ਇਹ ਡਰਦੀ ਆ ਥੋੜਾ ਜਿਹਾ ਇਹ ਠੀਕ ਹੈ ਡਰਾਕਲ ਬਹੁਤ ਆ ਪਤਾ ਨਹੀਂ ਕੀ ਚੱਕਰ ਇਹਨੂੰ ਠੀਕ ਹੈ ਗੱਲ ਉਹ ਜਿਵੇਂ ਉਹ ਹੱਥ ਲਾਊਗਾ ਉਹਨੂੰ ਕੁਝ ਨਹੀਂ ਕਹਿੰਦੀ ਆ ਦੇਖੋ ਠੀਕ ਹੈ ਗੱਲ ਉਹ ਡਰਦੀ ਸਾਲੀ ਬਹੁਤ ਹੈ ਥੋੜਾ ਜਿਹਾ ਉੱਪਰਾ ਕਰਦੀ ਆ ਉੱਪਰਾ ਜਿਹਾ ਕਰਦੀ ਜਿਵੇਂ ਹਾਂ ਠੀਕ ਹੈ ਗੱਲ ਹਾਂ ਆ ਸ਼ਾਈਨਿੰਗ ਸ਼ੂਨਿੰਗ ਇਹਦੇ ਤੇ ਚੰਗੀ ਆ ਗਈ ਬਾਈ ਕੱਦ ਇਹਦਾ ਆ ਗਿਆ ਚੰਗਾ ਤੇ ਆਰਡਰ ਇਹ ਵੀ ਬਿਲਕੁਲ ਆਪਾਂ ਕਹਿ ਸਕਦੇ ਹਾਂ ਵੀ ਨਾਲ ਲੱਗਵਾ ਜਾਂ ਆਰਡਰ ਰੱਖੂਗੀ ਜਮਾ ਹਨਾ ਫਿਕਸ ਪੂਰਾ ਜੀ ਆਰਡਰ ਰੱਖੂਗੀ ਨਾਲ ਲੱਗਵਾ ਲੈ ਇੱਥੋਂ ਦਿਖਾ ਦੀ ਗਰੀ ਵੇ ਖਣ ਦਾ ਸਾਈਜ਼ ਬਹੁਤ ਸੋਹਣਾ ਰੱਖੂਗੀ ਤੇ ਦੇਣੇ ਦੇ ਕਿੰਨੇ ਬਾਕੀ ਨੇ ਸੂਆ ਕਿਹੜਾ ਬਾਈ ਇਹਦਾ ਦੂਜਾ ਸੂਆ ਜੀ ਦੇਣੇ ਦੇ 4 ਕਦਰ ਰਹਿ ਗਏ ਜੀ ਇਹਦੇ ਸੂਨ ਚ ਠੀਕ ਹੈ ਗੱਲ ਹਾਂ 4 ਕਦਰ ਪੈਂਡਿੰਗ ਨੇ ਹਾਂਜੀ ਹਾਂਜੀ ਆ ਹੋ ਸਕਦਾ 1-2 ਦਿਨ ਇਧਰ ਉਧਰ ਲੈ ਜਾਏ ਇਧਰ ਉਧਰ ਵੀ ਲੈ ਜਾਏ ਹਾਂਜੀ ਹਾਂਜੀ ਦੁੱਧ ਕਿੰਨਾ ਦੱਸਿਆ ਬਾਈ ਇਹਦਾ ਪਹਿਲਣ ਦਾ ਇਹਦਾ ਵੀ 15-16 ਲੀਟਰ ਦੱਸਿਆ ਜੀ ਪਲੂਣ ਦਾ ਕੁਆਲਿਟੀ ਗਾਂ ਨੂੰ 17-18 ਲੀਟਰ ਦੁੱਧ ਕੀ ਕਹਿੰਦਾ ਤੇ ਬਾਕੀ ਇੱਕ ਗੱਲ ਤੁਹਾਨੂੰ ਹੋਰ ਦੱਸ ਦਣਾ ਮੈਂ ਗਾਵਾਂ ਸਾਰੀਆਂ ਆਪਾਂ ਗਰਮੀ ਚੱਲਣ ਵਾਲੀ ਲੈ ਗਏ ਉਹੀ ਗਰਮੀ ਵਾਲੀ ਲੈ ਕੇ ਆਉਨੇ ਆ ਜਿੰਨੀਆਂ ਲੈ ਕੇ ਆਉਨੇ ਆਪਾਂ ਲਿਆ ਬਾਈ ਐਨ ਲਿਆ ਕਲਰ ਆ ਗਿਆ ਬਲੈਕ ਤੇ ਬਾਕੀ ਗਰਮੀ ਚੱਲਣ ਵਾਲੀਆਂ ਨੇ ਸਾਰੀਆਂ ਹਾਂਜੀ ਗਰਮੀ ਚੱਲਣ ਵਾਲੀ ਪੂਰੀਆਂ ਫਸਲ ਤੇ ਦੁੱਧ ਆ ਜਿਹੜਾ ਦੁੱਧ ਇਹਨਾਂ ਦਾ ਹੋਊਗਾ ਸੱਜਣੋ ਮੱਝਾਂ ਵਰਗਾ ਹੀ ਮੱਝਾਂ ਦੇ ਏੜ ਗੇੜੀ ਹੋਊਗਾ ਦੁੱਧ ਇਹਨਾਂ ਦਾ ਤੇ ਸੀਮਨ ਇਹਦੇ ਜਰਸੀ ਦੇ ਹੀ ਲੱਗਿਆ ਹੋਊਗਾ ਪਿਓਰ ਹਾਂ ਜਰਸੀ ਦਾ ਲੱਗਿਆ ਜੀ ਸੀਮਨ ਇਹਦੇ ਆ ਸੀਮਨ ਬਾਈ ਕਹਿੰਦਾ ਇਹਦੇ ਜਰਸੀ ਦਾ ਲੱਗਿਆ ਪਰ ਥਣ ਦਾ ਸਾਈਜ਼ ਆ ਜਿਹੜਾ ਸਾਈਜ਼ ਬਹੁਤ ਸੋਹਣਾ ਰੱਖਦੀ ਆ ਤੇ ਬਾਕੀ ਸ਼ਾਈਨਿੰਗ ਬਹੁਤ ਆ ਗਈ ਬੱਚੀ ਦੇ ਵਿੱਚ ਸ਼ਾਈਨਿੰਗ ਵਾਲੇ ਪੱਖ ਤੋਂ ਮਾਰ ਨਹੀਂ ਖਾਂਦੀ ਸ਼ਾਈਨਿੰਗ ਵੀ ਬਹੁਤ ਆ ਥਣ ਦਾ ਸਾਈਜ਼ ਵੀ ਸੋਹਣਾ ਇਹਦੇ ਬਾਈ ਕਿੰਨੇ ਪੈਸੇ ਲੈ ਲਾਂਗੇ ਅੱਜ ਇਹਦਾ 55,000 ਰੁਪਇਆ ਜੀ ਇਹਦਾ ਮੁੱਲ ਬਾਈ ਕਹਿੰਦਾ ਹੈਗਾ 55,000 ਰੁਪਇਆ ਨੰਬਰ ਬੋਲ ਦਿਓ 99-152-98-620 1-94-799-74-183 ਇੱਕ ਵਾਰੀ ਫਿਰ ਬੋਲ ਦਿਓ ਇਧਰਲੇ ਬੰਨੇ ਜੀ 99-152 ਹਾਂਜੀ 98-620 ਠੀਕ ਹੈ ਜੀ 1-94-799-74-183 ਨੰਬਰ ਬਾਈ ਦੇ ਸਕਰੀਨ ਤੇ ਲਾ ਦੂੰਗਾ ਇਹਨਾਂ ਤੋਂ ਜਿਹੜੀ ਵੀ ਬੱਚੀ ਤੁਹਾਨੂੰ ਪਸੰਦ ਆਊਗੀ ਬਾਈ ਨੇੜੇ ਆ ਕੇ ਤਸੱਲੀ ਕਰਕੇ ਚੈੱਕ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ।